I'm
I'm gonna go.
Thank you.
ਦੇ ਪਾਠ ਦੀ ਦਾਤੇ ਅੰਤਰ ਕੇ ਬੋਲੋ ਜੀ ਵਾਹਿਗੁਰੂ ਪਿਆਰੇ
ਕੀਤਾ ਬਿਨਾਂ ਪਿਆਰਿਆਂ ਸਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਬਿਨਾਂ ਸਿੰਘਾਂ ਸਿੰਘੀਆਂ ਧਰਮੜੇ ਤਸੀਸ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਯਾਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਤੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸੰਤ ਪਾਸਾ ਸੰਗ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੱਪੇ ਝੰਡੇ ਬੰਗੇ ਯੁਗ ਯੁਗ ਡਲ ਧਰਮ ਕਾ ਜੈਕਾਰ ਬੋਲੋ ਜੀ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰੇ ਅਤੇ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਿਮਾਣਿਆਂ ਦੇ ਮਾਨ ਧਾਨਿਆਂ ਦੇ ਤਾਨ ਓਟਿਆਂ ਦੀ ਓਟ ਨਿਆਸਰਿਆਂ ਦਾ ਆਸਰਾ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਭਾਵ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਆਪ ਜੀ ਦੀ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਅਖੰਡ ਕੀਰਤਨੀ ਜਥੇ ਵੱਲੋਂ ਆਪ ਜੀ ਦੇ ਹਜ਼ੂਰ ਸਲਾਨਾ ਸ਼ਾਮਾਂ ਦੇ ਸੰਧਿਆ ਦੇ ਦੀਵਾਨ ਸਜੇ ਪਾਵਨ ਸੋਦਰ ਰਹਿਰਾ ਸਾਹਿਬ ਜੀ ਦੇ ਪਾਠ ਆਦਿ ਸ਼ਬਦ ਕੀਰਤਨ ਸਾਹਿਬ ਜੀ ਦੇ ਪਾਠ ਹੋਇਆ ਸਤਿਗੁਰੂ ਜੀ ਗੁਰਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਬੇਅੰਤ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਜਾਣ ਬੱਚੇ ਜਾਣ ਖਿਮਾ ਕਰਨੀ ਅੱਗੋਂ ਵਾਸਤੇ ਸੁਮਤ ਬਖਸ਼ਿਸ਼ ਕਰਨੀ ਗੁਰਬਾਣੀ ਪੜ੍ਹੀ ਹੋਈ ਸੁਣੀ ਦਾਰਾਈ ਸੰਗਤ ਦੇ ਹਿਰਦਿਆਂ ਤੇ ਵਸਾਵਣੀ ਸਭਨਾਂ ਦੀਆਂ ਹਾਜ਼ਰੀਆਂ ਤੈਲ ਫਲ ਪਿਟਾਵਾਂ ਰਸਤਾ ਵਸਤਾ ਅਰਦਾਸਾਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਸਭਨਾਂ ਨੂੰ ਸਿੱਖੀ ਸਿਰਤ ਭਰੋਸਾ ਸੇਵਾ ਸਿਮਰਨ ਨਾਮ ਦਾਨ ਬਖਸ਼ਣਾ ਸਭਨਾਂ ਦੇ ਪਰਿਵਾਰਾਂ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਹਮੇਸ਼ਾ ਵਾਸਤੇ ਇਸੇ ਤਰ੍ਹਾਂ ਹੀ ਦਰ ਘਰ ਨਾਲ ਜੋੜ ਕੇ ਰੱਖਣਾ ਚਰਨਾਂ ਦੀ ਪ੍ਰੀਤ ਬਖਸ਼ਿਸ਼ ਕਰਨੀ ਸਭਨਾਂ ਦੇ ਕਾਜ ਨਿਰਾਸ ਕਰਨੇ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਸਤਿਗੁਰੂ ਜੀ ਆਪ ਜੀ ਦੇ ਪ੍ਰਭ ਪ੍ਰਸ਼ਾਦ ਜੀ ਦੇ ਸੱਚੇ ਆਈ ਹੈ ਦਰ ਪ੍ਰਵਾਨ ਹੋਏ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆ ਗਿਆ ਬਖਸ਼ੋ ਹੁਕਮਨਾਮਾ ਬਖਸ਼ਿਸ਼ ਕਰਕੇ ਦਰ ਆਈ ਸੰਗਤ ਨੂੰ ਨਿਹਾਲ ਕਰੋ ਸੁਖ ਹੋਵੇ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇ ਕੋ ਮੇਲ ਹੋ ਚਾਹੇ ਹੋ ਸ਼ਬਦ ਨਾ
भगवान दासन दास कह गन नानक जेहा तू कराए है तेहा हम करीब ख्यान सो कहो टल गुर सेवी है अहंस सहज सुभाए दर्शन परसे गुरु कै जन्म मरण दुख जाए होवै सिफत बसंदी नूरै अर्शां पुरशां छटीऐ तुद रिठे सच्चे पातशाह मल जन्म जन्म दी कटीऐ सजण सच्चा पातशाह ਸਰਵਣ ਕਰਕੇ ਗਾਇਨ ਕਰਕੇ ਲਾਹ ਪ੍ਰਾਪਤ ਕਰਨਾ ਦੀ ਸਰਬੱਤ ਸੰਗਤ ਨੂੰ ਬੇਨਤੀ ਹੈ।
ਕਿ ਅਖੰਡ ਕੀਰਤਨੀ ਕਰਦੇ ਦੀਆਂ ਸਮੂਹ ਸੰਗਤਾਂ ਵੱਲੋਂ ਅੱਜ ਸੇਵਕ ਪਰਿਵਾਰਾਂ ਵੱਲੋਂ ਗੁਰੂ ਕੇ ਲੰਗਰਾਂ ਦੀ ਸੇਵਾ ਕੀਤੀ ਗਈ ਹੈ। ਸਤਿਗੁਰ ਸੱਚੇ ਪਾਤਸ਼ਾਹ ਕੀਤੀਆਂ ਹੋਈਆਂ ਸੇਵਾਵਾਂ ਖਾਏ ਪਾਉਣ, ਆਪਣੇ ਦਰੋ ਕਰਮ ਚੜ੍ਹਦੀਆਂ ਕਲਾ ਗੁਰ ਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਣ। ਸੰਗਤ ਨੂੰ ਬੇਨਤੀ ਹੈ ਗੁਰੂ ਕਾ ਲੰਗਰ ਛਕ ਕੇ ਫੇਰ ਜਾਣ ਦੀ ਕਿਰਪਾਲਤਾ ਕਰਨੀ ਦੀ, ਕੜਾ ਪ੍ਰਸ਼ਾਦ ਦੀ ਦੇਹ ਵਰਤ ਰਹੀ ਹੈ। ਨਾਲ ਦੀ ਨਾਲ ਆਪਾਂ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦੀ ਸਵਾਈ ਦੇ ਸੋ ਕਾਸਨਾ ਦੀ ਸੇਵਾ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ